ਅੱਜ ਦੇ ਟੌਪਿਕ ਹੈ ਜੀ, ਆਪਾਂ ਦੱਸਾਂਗੇ ਕਿ ਇੱਕ ਕਬੂਤਰ ਤਿੰਨ ਚਾਰ ਦਾ ਟਾਈਮ ਕਰ ਲੈਂਦਾ ਹੈ, ਲੇਕਿਨ ਬਾਅਦ ਵਿੱਚ ਉਹ ਪਰਵਾਜ਼ ਘਟਾਉਣੀ ਸ਼ੁਰੂ ਕਰ ਦਿੰਦਾ। ਜਦੋਂ ਆਪਾਂ ਕੱਚਾ ਕਬੂਤਰ ਕੱਢਦੇ ਹਾਂ ਅਤੇ 2-3 ਦਿਨਾਂ ਦੇ ਵਿੱਚ ਆਪਾਂ ਜਦੋਂ ਲਗਾਤਾਰ ਉਡਾਉਂਦੇ ਹਾਂ ਅਤੇ ਉਹ 2-4 ਦਿਨਾਂ ਦੇ ਵਿੱਚ ਤਾਂ 3-4 ਵਾਲਾ ਟਾਈਮ ਕਰ ਜਾਂਦਾ ਹੈ, ਲੇਕਿਨ ਬਾਅਦ ਵਿੱਚ ਉਹ ਘੰਟਾ, ਅੱਧਾ ਘੰਟਾ, 2 ਘੰਟਾ ਪਰਵਾਜ਼ ਘਟਾਉਣੀ ਸ਼ੁਰੂ ਕਰ ਦਿੰਦਾ ਹੈ। ਅਤੇ ਬਾਅਦ ਦੇ ਵਿੱਚ ਉਹ ਆਪਾਂ ਅਗਰ 7 ਵਜੇ ਛੱਡਦੇ ਹਾਂ ਤਾਂ 9 ਵਜੇ ਬਹਿ ਜਾਂਦਾ ਹੈ। ਕੀ ਕਾਰਨ ਆਉਂਦਾ, ਕੀ ਵਜ੍ਹਾ ਵਾ, ਕਿਉਂ ਬਹਿ ਜਾਂਦਾ ਹੈ, ਤਾਂ ਉਹਦਾ ਠੀਕ ਕਰਨ ਦਾ ਕੀ ਇਲਾਜ ਹੈ। ਅਤੇ ਦੂਸਰੇ ਟੌਪਿਕ 'ਤੇ ਅੱਜ ਗੱਲ ਕਰਾਂਗੇ ਕਿ ਇੱਕ ਕਬੂਤਰ ਆਪਣੀਆਂ ਵਾਰੀਆਂ ਲੈਂਦਾ ਪਿਆ ਹੈ, ਪੱਕੀਆਂ ਫਿਰਤਾਂ ਲੈਂਦਾ ਪਿਆ ਹੈ, ਉਹ ਅਗਰ ਜ਼ੋਰ ਲਾ ਕੇ ਆ ਕੇ ਬਹਿ ਜਾਂਦਾ ਹੈ, ਇੱਕ ਕਬੂਤਰ ਪੰਜਿਆਂ 'ਤੇ ਵੀ ਨਹੀਂ ਬਹਿ ਸਕਦਾ, ਉਹ ਕਿਉਂ ਜ਼ੋਰ ਲਾ ਕੇ ਆਉਂਦਾ ਵਾ ਅਤੇ ਉਹਦਾ ਠੀਕ ਕਰਨ ਦਾ ਕੀ ਇਲਾਜ ਹੈ ਕਿ ਉਹ ਦਸਤੀ ਪੂਰਾ ਵੀ ਹੋ ਜਾਵੇ, ਅਰਜੈਂਟ ਪੂਰਾ ਵੀ ਹੋ ਜਾਵੇ ਅਤੇ ਅੱਗੇ ਬਦਾਮ ਵੀ ਹਜ਼ਮ ਕਰੇ ਅਤੇ ਬਿਲਕੁਲ ਆਪਣੇ ਪ੍ਰੋਪਰ ਤਰੀਕੇ ਨਾਲ ਪਹਿਲੇ ਵਾਲੀ ਗੱਲ ਬਿਲਕੁਲ ਠੀਕ ਹੋ ਜਾਵੇ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਾਰੇ ਵੀਰਾਂ ਨੂੰ ਅਸਲਾਮੁ ਅਲੈਕੁਮ, ਸਤਿ ਸ਼੍ਰੀ ਅਕਾਲ। ਤੁਹਾਡਾ ਵੀਰ, ਤੁਹਾਡਾ ਬਾਈ ਉਸਤਾਦ ਜ਼ਹੀਰ ਅਬਾਸ ਲਹਿੰਦੇ ਪੰਜਾਬ ਤੋਂ ਅੱਜ ਇੱਕ ਨਵੀਂ ਵੀਡੀਓ, ਨਵੇਂ ਟੌਪਿਕ ਅਤੇ ਨਵੀਆਂ ਗੱਲਾਂ ਨਾਲ ਹਾਜ਼ਰ ਹੈ। ਅਤੇ ਵੀਰ ਜੀ, 10-15 ਦਿਨ ਹੋ ਗਏ ਵੀਡੀਓ ਨਹੀਂ ਪਾਈ ਚੈਨਲ ਦੇ, ਕਿਉਂਕਿ ਵੀਰ ਜੀ ਤੁਹਾਨੂੰ ਪਹਿਲੇ ਵੀ ਪਤਾ ਹੋਣਾ ਵਾ ਜਿਹੜੇ ਆਪਣੇ ਸਬਸਕ੍ਰਾਈਬਰ ਨੇ ਕਿ ਮੈਂ ਗਲੇ ਦਾ ਥੋੜ੍ਹਾ ਜਿਹਾ ਮਸਲਾ ਬਣਿਆ ਸੀ ਮੈਨੂੰ, ਅਤੇ ਉਹ ਕੰਮ ਵੱਧਦਾ ਵੱਧਦਾ ਫਿਰ ਬੁਖਾਰ ਤੱਕ ਚਲਾ ਗਿਆ। 10-12 ਦਿਨ ਬਿਮਾਰ ਪਿਆ ਰਿਹਾ ਵਾਂ ਅਤੇ ਲੇਕਿਨ ਅਲਹਮਦੁਲਿਲਾ 2-3 ਦਿਨ ਨੇ ਤਬੀਅਤ ਠੀਕ ਹੈ। ਅਤੇ ਟੌਪਿਕ ਤੁਹਾਨੂੰ ਪਹਿਲੇ ਦੱਸ ਗਏ ਹਾਂ ਕਿ ਕਿਹੜੇ ਟੌਪਿਕ 'ਤੇ ਅਸੀਂ ਗੱਲਾਂ ਕਰਨੀਆਂ ਨੇ, ਅਤੇ ਅੱਜ ਦੀ ਵੀਡੀਓ ਬਹੁਤ ਹੀ ਅਹਿਮ ਹੈ, ਕਿਉਂਕਿ ਵੀਰ ਜੀ ਅੱਜ ਕੱਲ੍ਹ ਹਰ ਬੰਦਾ ਕੱਚੇ ਕਬੂਤਰ ਕੱਢਦਾ ਪਿਆ, ਕਿਉਂਕਿ ਹਰ ਬੰਦੇ ਦੀਆਂ ਬਾਜ਼ੀਆਂ ਨੇ ਅਤੇ ਇਹ ਬਹੁਤ ਇਸ਼ੂ ਆਉਂਦਾ ਵਾ, ਬਹੁਤ ਮਸਲਾ ਬਣਦਾ ਵਾ ਬੰਦਿਆਂ ਵਾਸਤੇ, ਕਬੂਤਰਬਾਜ਼ ਬਾਈਆਂ ਵਾਸਤੇ, ਕਿ ਇੱਕ ਕਬੂਤਰ ਆਪਾਂ ਕੱਚਾ ਕੱਢਦੇ ਹਾਂ, 2 ਕੱਢ ਲੈਂਦੇ ਹਾਂ, 4-5 ਜਿੰਨੇ ਵੀ ਕੱਢ ਲੈਂਦੇ ਹਾਂ, ਉਹ ਪਹਿਲੇ ਤਾਂ ਬਹੁਤ ਜ਼ਿਆਦਾ ਟਾਈਮ ਕਰ ਜਾਂਦਾ ਹੈ, 2-4 ਫਿਰ ਤਾਂ ਬਹੁਤ ਹੀ ਜ਼ਿਆਦਾ ਟਾਈਮ ਕਰ ਜਾਂਦਾ ਹੈ, ਲੇਕਿਨ ਆਹਿਸਤਾ ਆਹਿਸਤਾ ਉਹ ਟਾਈਮ ਘਟਾਉਣਾ ਸ਼ੁਰੂ ਕਰ ਦਿੰਦਾ। ਕਿਉਂ ਘਟਾਉਂਦਾ, ਕੀ ਵਜ੍ਹਾ ਬਣਦੀ ਹੈ ਅਤੇ ਉਹਦਾ ਠੀਕ ਕਰਨ ਦਾ ਕੀ ਇਲਾਜ ਹੈ, ਇਨਸ਼ਾਅੱਲਾ ਅੱਜ ਤੋਂ ਬਾਅਦ ਕਿਸੇ ਦਾ ਕਬੰਦ, ਕਿਸੇ ਕਬੂਤਰਬਾਜ਼, ਕਿਸੇ ਬਾਈ ਦਾ ਕਬੂਤਰ ਟਾਈਮ ਘਟਾਏਗਾ, ਲੇਕਿਨ ਉਸੇ ਹੀ ਟਾਈਮ 'ਤੇ ਜਾਏਗਾ ਜਿਹੜਾ ਟਾਈਮ ਉਹ ਪਹਿਲੇ ਕਰਦਾ ਸੀ। ਅਤੇ ਟੌਪਿਕ ਸ਼ੁਰੂ ਕਰਨ ਤੋਂ ਪਹਿਲੇ ਜਿਹੜੇ ਵੀਰਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਵਾ ਉਹਨਾਂ ਦਾ ਦਿਲ ਦੀਆਂ ਅਥਾਹ ਗਹਿਰਾਈਆਂ ਨਾਲ ਸ਼ੁਕਰੀਆ, ਬੰਡਲ ਆਫ ਥੈਂਕਸ ਕਿ ਤੁਸੀਂ ਸਾਡੇ ਨਾਲ ਤਾਵਨ ਕੀਤਾ ਵਾ, ਸਾਨੂੰ ਬੜਾ ਪਿਆਰ ਮਿਲਦਾ ਵਾ, ਖਾਸ ਤੌਰ ਚੜ੍ਹਦੇ ਪੰਜਾਬ ਵਾਲੇ ਵੀਰਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਤਾਵਨ ਕੀਤਾ ਵਾ, ਅਸੀਂ ਉਹਨਾਂ ਦੇ ਮਸ਼ਕੂਰ ਹਾਂ, ਅਤੇ ਲਹਿੰਦੇ ਪੰਜਾਬ ਵਾਲੇ ਵੀਰਾਂ ਦਾ ਵੀ ਦਿਲੋਂ ਥੈਂਕਸ, ਤੁਸੀਂ ਵੀ ਸਾਡੇ ਨਾਲ ਮੁਹੱਬਤ ਕਰਦੇ ਹੋ, ਕਿਉਂਕਿ ਵੀਰ ਜੀ ਸਾਡੇ ਦਿਲ 'ਚੋਂ ਸੱਚੀਆਂ ਅਤੇ ਖਰੀਆਂ ਗੱਲਾਂ ਨਿਕਲਦੀਆਂ ਨੇ ਅਤੇ ਸੱਚੇ ਅਤੇ ਖਰੇ ਬੰਦੇ ਦਾ ਅੱਲਾ ਵੀ ਸਾਥ ਦਿੰਦਾ ਹੈ। ਅਤੇ
ਜਿਨ੍ਹਾਂ ਸਾਡੇ ਵੀਰਾਂ ਨੇ ਜਿਹੜੇ ਸਾਡੇ ਨਾਲ ਨਵੇਂ ਵੀਰ ਜੁੜੇ ਆ ਉਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਬੈੱਲ ਆਈਕਨ ਨੂੰ ਜ਼ਰੂਰ ਦਬਾਓ, ਕਿਉਂਕਿ ਤੁਹਾਡੇ ਕੋਲੋਂ ਨਵੀਂ ਆਉਣ ਵਾਲੀ ਵੀਡੀਓ ਤੋਂ ਨੋਟੀਫਿਕੇਸ਼ਨ ਮਿਲੇ ਅਤੇ ਤੁਸੀਂ ਇੰਜੋਏ ਕਰੋ ਅਤੇ ਕੁਝ ਸਿੱਖਣ ਨੂੰ ਮਿਲੇ ਤੁਹਾਨੂੰ। ਅਤੇ ਵੀਰ ਜੀ, ਅੱਜ ਕੱਲ੍ਹ ਹਰ ਬੰਦਾ ਕਬੂਤਰ ਕੱਢ ਰਿਹਾ ਵਾ, ਅਤੇ ਅੱਜ ਇਹ ਇੱਕ ਹੋਰ ਵੀ ਗੱਲ ਕਰਾਂਗੇ ਕਿ ਕਬੂਤਰ ਕਿਵੇਂ ਕੱਢਣਾ ਵਾ, ਕਬੂਤਰ ਨੂੰ ਕਿਵੇਂ ਕੱਢਣਾ ਵਾ, ਕਿਹੜੇ ਤਰੀਕੇ ਨਾਲ ਅੱਗੇ ਲਿਆਉਣਾ ਵਾ। ਕਿਉਂਕਿ ਵੀਰ ਜੀ, ਕੱਚਾ ਕਬੂਤਰ ਅਤੇ ਫੁੱਲ ਇੱਕੋ ਬਰਾਬਰ ਹੈ, ਅਤੇ ਇਸ ਗੱਲ 'ਤੇ ਵੀ ਅੱਜ ਗੱਲ ਕਰਾਂਗੇ ਕਿ ਕਬੂਤਰ ਇੱਕ ਜ਼ੋਰ ਲਾ ਕੇ ਆ ਜਾਂਦਾ ਵਾ, ਉਹਨੂੰ ਵੀ ਠੀਕ ਕਰਨਾ ਵਾ। ਅਤੇ ਇਨਸ਼ਾਅੱਲਾ ਤੁਹਾਡੇ ਟਾਈਮ ਜ਼ਾਇਆ ਕੀਤੇ ਬਗੈਰ ਅੱਗੇ ਟੋਪਿਕ 'ਤੇ ਚੱਲਦੇ ਹਾਂ। ਕੱਚਾ ਕਬੂਤਰ ਵੀਰ ਜੀ ਜ਼ੋਰ ਲਾ ਲੈਂਦਾ ਹੈ, ਉਹਦਾ ਕੋਈ ਜ਼ਿਆਦਾ ਇਸ਼ੂ ਨਹੀਂ ਹੈ। ਜਦੋਂ ਤੱਕ ਤੁਸੀਂ ਇਹ ਕਬੂਤਰ ਨੂੰ ਫਿੱਟ ਨਹੀਂ ਕਰੋਗੇ, ਹਰ ਬੰਦੇ ਨੂੰ ਨਹੀਂ ਪਤਾ ਚੱਲਦਾ ਕਿ ਕੱਚਾ ਕਬੂਤਰ ਜ਼ੋਰ ਲਾ ਕੇ ਆਇਆ ਹੈ, ਇਹਨੂੰ ਕਿਵੇਂ ਠੀਕ ਕਰਨਾ ਵਾ, ਇਹਨੂੰ ਪ੍ਰੋਪਰ ਟਾਈਮ 'ਤੇ ਕਿਵੇਂ ਲਿਆਉਣਾ ਵਾ। ਕਿਉਂਕਿ ਵੀਰ ਜੀ, ਇਹ ਸ਼ਿਕਾਰੀ ਬੰਦਾ ਪਹਿਚਾਨ ਕਰ ਜਾਂਦਾ ਵਾ ਜਿਹੜਾ ਬੰਦਾ ਉਡਾਉਂਦਾ ਵਾ ਕਬੂਤਰ। ਅਤੇ ਬਹੁਤ ਨੇਕ ਬੰਦੇ ਵੀ ਪਏ ਆ ਵੀਰ ਜੀ, ਅੱਲਾ ਦੇ ਬੰਦੇ ਵੀ ਪਏ ਆ ਜਿਹੜਾ ਗਾਈਡ ਕਰਦੇ ਆ ਬੰਦੇ ਨੂੰ। ਕਿਉਂਕਿ ਵੀਰ ਜੀ, ਕਬੂਤਰ ਹੈ ਇੱਕ ਜਾਨਵਰ ਹੈ, ਇਹਨੂੰ ਕੋਈ ਮਸਲਾ ਬਣਦਾ ਵਾ, ਇਹਨੂੰ ਇੱਕ ਇਲਾਜ ਇਹਦਾ ਕਰਨਾ, ਇਹਦਾ ਦੱਸਣਾ, ਖਰਾਬ ਕਬੂਤਰ ਨੂੰ ਠੀਕ ਕਰਨਾ, ਇਹ ਤਾਂ ਇੱਕ ਸਦਕਾ ਜਾਰੀ ਹੈ, ਇਹ ਸਵਾਬ ਦਾ ਕੰਮ ਹੈ। ਅਗਰ ਕੋਈ ਕਿਸੇ ਬੰਦੇ ਦਾ ਕਬੂਤਰ ਬਿਮਾਰ ਵੀ ਹੁੰਦਾ ਵਾ ਨਾ ਵੀਰ ਜੀ, ਅਤੇ ਅਸੀਂ ਬਿਲਕੁਲ ਉਹਨੂੰ ਦੱਸਦੇ ਹਾਂ ਕਿ, ਕਿਉਂਕਿ ਇੱਕ ਪਰਿੰਦੇ ਦੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ ਵੀਰ। ਅਗਰ ਕਿਸੇ ਕਬੂਤਰ ਬਾਜ਼ੀ ਦੇ ਵਿੱਚ, ਵਾਰੀਆਂ ਦੇ ਵਿੱਚ ਕਬੂਤਰ ਕਿਸੇ ਦਾ ਖਰਾਬ ਵੀ ਹੋ ਜਾਂਦਾ ਵਾ, ਬੇਸ਼ੱਕ ਆਪਣੀ ਪਾਲਟੀ ਨਹੀਂ ਹੈ, ਆਪਣਾ ਗਰੁੱਪ ਨਹੀਂ ਹੈ, ਉਹਨੂੰ ਵੀ ਅਸੀਂ ਦੱਸਦੇ ਹਾਂ ਕਿ ਕਬੂਤਰ ਠੀਕ ਹੋ ਜਾਵੇ, ਹਾਰ ਜਿੱਤ ਮੇਰੇ ਮਾਲਕ ਦੇ ਹੱਥ ਵਿੱਚ ਹੈ। ਅਤੇ ਵੀਰ ਜੀ, ਕਬੂਤਰ ਜ਼ੋਰ ਲਾ ਕੇ ਆ ਜਾਂਦਾ ਹੈ, ਲੇਕਿਨ ਉਹ ਕਿਉਂ ਪਰਵਾਜ਼ ਘਟਾਉਂਦਾ ਹੈ, ਇਸ ਬਾਰੇ ਅੱਜ ਗੱਲ ਕਰਨੇ ਆ। ਵੀਰ ਜੀ, ਕੱਚੇ ਕਬੂਤਰ ਐ ਨੂੰ ਆਪਾਂ ਕੁਝ ਨਹੀਂ ਦੇ ਸਕਦੇ, ਨਾ ਤਾਂ ਆਪਾਂ ਗੁੜ ਦੇ ਸਕਦੇ ਹਾਂ, ਨਾ ਆਪਾਂ ਕੋਈ ਮਜੂਨ ਦੇ ਸਕਦੇ ਹਾਂ, ਨਾ ਆਪਾਂ ਕੋਈ ਗੋਲੀ ਦੇ ਸਕਦੇ ਹਾਂ, ਅਤੇ ਨਾ ਹੀ ਆਪਾਂ ਕੋਈ ਉਹਦੇ ਨਾਲ ਤਦ ਠੱਡ ਕਰ ਸਕਦੇ ਹਾਂ, ਠੰਡਾ ਤੱਤਾ ਕਰ ਸਕਦੇ ਹਾਂ। ਆਇਆ ਕਬੂਤਰ ਵੀਰ ਜੀ ਤੁਹਾਡਾ, ਇੱਕ ਤਾਂ ਜ਼ਿਆਦਾ ਜ਼ੋਰ ਲਾਵੇ ਤਾਂ ਕੁੰਦੇ ਸੁੱਜ ਜਾਂਦੇ ਨੇ ਕਬੂਤਰ ਦੇ, ਸਾਰਾ ਜਿਸਮ ਸੁੱਜ ਜਾਂਦਾ ਵਾ, ਲੇਕਿਨ ਬੰਦੇ ਨੂੰ ਪਤਾ ਨਹੀਂ ਚੱਲਦਾ ਉਹਦਾ। ਤੁਹਾਨੂੰ ਕਿਵੇਂ ਪਤਾ ਚੱਲੇਗਾ ਉਹ ਤੁਹਾਨੂੰ ਦੱਸਣੇ ਆ। ਸਭ ਤੋਂ ਜ਼ਿਆਦਾ ਕਾਰਨ ਇਹੀ ਹੁੰਦਾ ਵਾ, ਜਦੋਂ ਤੁਹਾਡਾ ਕਬੂਤਰ ਸੁੱਜ ਜਾਂਦਾ ਵਾ, ਰੋਜ਼ ਜਦੋਂ ਆਪਾਂ ਉਡਾਉਂਦੇ ਹਾਂ, ਅਤੇ ਬਾਅਦ ਵਿੱਚ ਉਹਦੀ ਸੋਝ ਆਪਾਂ ਨਹੀਂ ਉਤਾਰ ਸਕਦੇ, ਲਾ ਸਕਦੇ, ਅਤੇ ਫਿਰ ਉਹ ਆਪਣੀ ਪਰਵਾਜ਼ ਤੱਕ ਨਹੀਂ ਜਾਂਦਾ ਉਸ ਟਾਈਮ ਤੱਕ। ਜਦੋਂ ਤੁਹਾਡਾ ਕਬੂਤਰ ਉੜ ਕੇ ਆਏਗਾ, ਅਤੇ ਕਬੂ ਪੱਲੇ ਇਹ ਕਰਕੇ ਨਾ ਕਬੂਤਰ ਥੱਲੇ ਸਿੱਟ ਕੇ ਬਹਿੰਦਾ ਵਾ, ਥੱਲੇ ਨਾ ਪੱਲੇ ਸਿੱਟ ਕੇ ਬਹਿੰਦਾ ਕਬੂਤਰ, ਉਸ ਕਬੂਤਰ ਅੰਦਰ ਸੋਜਿਸ਼ ਹੁੰਦੀ ਹੈ। ਸ਼ਿਕਾਰੀ ਬੰਦਾ ਤਾਂ ਵੀਰ ਜੀ ਹੱਥ ਲਾ ਕੇ ਵੀ ਪਤਾ ਚੱਲ ਕਰ ਲੈਂਦਾ ਵਾ ਕਿ ਕਬੂਤਰ ਨੂੰ ਕੀ ਵਜ੍ਹਾ ਵਾ, ਲੇਕਿਨ ਜਿਹੜੇ ਵੀਰ ਨੂੰ ਨਹੀਂ ਪਤਾ ਕਿ ਕਬੂਤਰ ਸੁੱਜਣ ਦਾ ਕੀ ਕਿਵੇਂ ਪਤਾ ਚੱਲੇਗਾ, ਉਹ ਇਹੀ ਵਜ੍ਹਾ ਹੁੰਦੀ ਕਬੂਤਰ ਪੱਲਾ ਥੱਲੇ ਸਿੱਟ ਕੇ ਬਹਿੰਦਾ ਵਾ। ਇੱਕ ਵੀਰ ਜੀ ਇਹ ਵਜ੍ਹਾ ਬਣਦੀ ਆ ਕਿ ਕਬੂਤਰ ਸੁੱਜ ਜਾਂਦਾ ਹੈ, ਉਹਦਾ ਤੁਸੀਂ ਉਹਦਾ ਤੁਹਾਨੂੰ ਇਲਾਜ ਦੱਸਣੇ ਆ, ਅਤੇ ਇਨਸ਼ਾਅੱਲਾ ਇੰਝ ਦਾ ਇਲਾਜ ਦੱਸਾਂਗੇ ਕਿ ਅੱਜ ਤੋਂ ਬਾਅਦ ਜਿਹੜਾ ਵੀਰ ਸਾਡੀ ਵੀਡੀਓ ਵੇਖੇਗਾ ਅਤੇ ਸਾਡੇ ਨੁਸਖੇ 'ਤੇ ਅਮਲ ਕਰੇਗਾ, ਉਹਦਾ ਕਬੂਤਰ ਜਿਹੜਾ 4 ਵਜਾਉਂਦਾ ਹੈ 9 ਨਹੀਂ ਵਜਾਏਗਾ, ਉਹ 5 ਵਜਾਏਗਾ। ਅਤੇ ਅਜ਼ਮਾਉਣਾ ਵਾ ਵੀਰ ਜੀ, ਪਹਿਲੇ ਮੈਂ ਬੜਾ ਕੁਝ ਦੱਸ ਗਿਆ ਵਾਂ ਵੀਡੀਓ ਵਿੱਚ, ਅਲਹਮਦੁਲਿਲਾ ਆਪਣੀਆਂ 26-27 ਵੀਡੀਓ ਨੇ ਆਪਣੇ ਚੈਨਲ 'ਤੇ। ਪਹਿਲੇ ਰੋਜ਼ ਵੀਡੀਓ ਦਿੰਦੇ ਸੀ, ਇੱਕ ਤੋਂ ਦੂਸਰੇ ਦਿਨ ਦਿੰਦੇ ਸੀ, ਲੇਕਿਨ
ਅੱਗੇ ਇੱਕ ਤਾਂ ਵੀਰ ਜੀ ਆਪਣੀਆਂ ਬਾਜ਼ੀਆਂ ਨੇ ਖੁਦ ਦੀਆਂ, ਸਾਰਾ ਸੀਜ਼ਨ ਹੀ ਉਡਾਉਂਦੇ ਆ ਬਾਜ਼ੀਆਂ, ਆਪਣੇ ਪੁਆਇੰਟ ਆ, ਕੁਝ ਮਿੱਤਰਾਂ ਦੇ ਵੀ ਪੁਆਇੰਟ ਆ, ਉਹਨਾਂ ਦੇ ਵੀ ਉਡਾਣੇ ਆ ਤੇ ਵੀਡੀਓ ਦੇਵਾਂਗੇ। ਇਹ ਗੱਲ ਨਹੀਂ ਕਿ ਵੀਡੀਓ ਨਹੀਂ ਦੇਵਾਂਗੇ, ਟਾਈਮ ਕੱਢ ਕੇ ਵੀ ਵੀਡੀਓ ਦੇਵਾਂਗੇ। ਜਿਹੜੀ ਬਾਜ਼ੀ ਉਡਾਵਾਂਗੇ ਉਹਦੇ ਵਿੱਚ ਵੀ ਲਾਈਵ ਆਵਾਂਗੇ, ਜਿਹੜਾ ਜਿੱਤਾਂਗੇ ਅਲਹਮਦੁਲਿਲਾ ਉਹ ਵੀ ਤੁਹਾਨੂੰ ਲਾਈਵ ਚੈਨਲ ਤੇ ਵਿਖਾਵਾਂਗੇ ਤੇ ਸਾਰਾ ਸੀਜ਼ਨ ਵੀਡੀਓ ਦੇਵਾਂਗੇ। ਇਸ ਕਾਰਨ ਵੀਡੀਓ ਨਹੀਂ ਬਣ ਸਕਦੀ ਜਦੋਂ ਤਬੀਅਤ ਖਰਾਬ ਹੋਵੇ। ਤੇ ਵੀਰ ਜੀ ਦੁੱਖ ਸੁੱਖ ਹਰ ਬੰਦੇ ਨਾਲ ਹੈ ਤੇ ਪਹਿਲੇ ਵੀਡੀਓ 'ਚ ਗੋਲੀ ਵੀ ਦੱਸ ਗਈਆਂ, ਮੋੜ ਵੀ ਦੱਸ ਗਈਆਂ, ਠੰਡਾ ਪਾਣੀ ਵੀ ਦੱਸ ਗਈਆਂ ਜਿਹੜੀਆਂ ਪਹਿਲੇ ਵੀਡੀਓ ਦਿੱਤੀਆਂ ਨੇ, ਗਰਮ ਪਾਣੀ ਵੀ ਦੱਸ ਗਈਆਂ, ਕੱਚੇ ਕਬੂਤਰ ਤੋਂ ਲੈ ਕੇ ਤੇ ਬਾਜ਼ੀ ਵਾਲੇ ਦਿਨ ਤੱਕ ਵੀ ਮੈਂ ਵੀਡੀਓ ਦੇ ਚੁੱਕਾ। ਵਿੱਚ ਵੀਰ ਜੀ ਕੁਝ ਕਮੈਂਟ ਆਉਂਦੇ ਆ ਕਿ ਉਸਤਾਦ ਜੀ ਕੱਚੇ ਕਬੂਤਰ ਤੋਂ ਲੈ ਕੇ ਬਾਜ਼ੀ ਵਾਲੇ ਦਿਨ ਤੱਕ ਵੀਡੀਓ ਬਣਾਓ। ਤੇ ਵੀਰ ਜੀ ਤੁਸੀਂ ਵੀਡੀਓ ਵੇਖੋ, ਇਹ ਸਾਰੀ ਗੇਮ ਦੀਆਂ ਮੈਂ ਵੀਡੀਓ ਦੇ ਚੁੱਕਾ। ਕਿਹੜੀ ਕੋਈ ਐਸੀ ਚੀਜ਼ ਨਹੀਂ ਜਿਹੜੀ ਤੁਸੀਂ ਦੁੱਸਰ ਉਡਾਉਂਦੇ ਹੋ ਚੜ੍ਹਦੇ ਪੰਜਾਬ ਵਾਲੇ, ਉਹਨੂੰ ਦੁੱਸਰ ਲਾਉਣ ਦਾ ਤਰੀਕਾ, ਦੁੱਸਰ ਵਿੱਚ ਕਬੂਤਰ ਨੂੰ ਗਰਮ ਕਰਨ ਦਾ ਤਰੀਕਾ, ਕਿੰਨੇ ਬਦਾਮ ਦੇਣੇ ਆ, ਕਿਹੜੇ ਟਾਈਮ ਦੇਣੇ ਆ, ਉਹ ਟੋਟਲ ਵੀਰ ਜੀ ਵੀਡੀਓ ਦੇ ਗਿਆ ਵਾਂ ਮੈਂ। ਅਤੇ ਇਹ 5-7 ਬੰਦਿਆਂ ਨੇ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਤੋਂ ਵੀ ਫੋਨ ਆਇਆ ਵਾ ਕਿ ਬਹੁਤ ਮਸਲਾ ਆ ਰਿਹਾ ਵਾ ਸਾਡੇ ਨਾਲ ਕਿ ਕਬੂਤਰ ਇੱਕ ਵਾਰੀ ਟਾਈਮ ਜ਼ਿਆਦਾ ਕਰ ਜਾਂਦਾ ਵਾ ਫਿਰ ਟਾਈਮ ਘੱਟ ਕਰ ਜਾਂਦਾ। ਅਤੇ ਇਸ ਬਾਰੇ ਗੱਲ ਕਰਦੇ ਪਏ ਹਾਂ। ਅਤੇ ਵੀਰ ਜੀ ਤੁਸੀਂ ਜਦੋਂ ਤੁਹਾਡਾ ਕਬੂਤਰ ਤੁਹਾਨੂੰ ਮਹਿਸੂਸ ਹੋਵੇ ਕਿ ਸੁੱਜ ਆਇਆ, ਉਹਦੀਆਂ ਤੁਹਾਨੂੰ ਚੀਜ਼ਾਂ ਦੱਸ ਦਿੰਦੇ ਹਾਂ। ਇੱਕ ਲੈਣੀ ਹੈ ਵੀਰ ਜੀ ਤੁਸੀਂ ਦਾਲਚੀਨੀ, ਦਾਲਚੀਨੀ ਕਾਲੇ ਦਾਣੇ ਵਾਲੀ ਲੈਣੀ ਹੈ। ਇੱਕ ਦੇ ਵਿੱਚ ਦਾਣਾ ਹੁੰਦਾ ਵਾ ਥੋੜ੍ਹਾ ਜਿਹਾ ਨਾ ਮਿੱਟੀ ਕਲਰ ਦਾ, ਇੱਕ ਵਿੱਚ ਪਿਓਰ ਕਾਲਾ ਦਾਣਾ ਹੁੰਦਾ ਵਾ। ਵੱਡੀ ਇਲਾਚੀ ਲੈਣੀ ਆ ਇੱਕ ਅਦਦ। ਇੱਕ ਲੈਣਾ ਵਾ ਤੁਸੀਂ ਮੁਨੱਕਾ, ਅੱਠ ਦਾਣੇ ਲੈਣੇ ਆ ਸੌਂਫ ਦੇ, ਇਹ ਪੋਟੇ ਬਰਾਬਰ ਲੈਣੀ ਆ ਤੁਸੀਂ ਦਾਲਚੀਨੀ, ਇੱਕ ਉਂਗਲ ਬਰਾਬਰ ਮਾਚਿਸ ਦੀ ਤੀਲੀ ਬਰਾਬਰ ਲੈਣੀ ਹੈ ਮੁਲੱਠੀ, ਇੱਕ ਤੀਲੀ ਬਰਾਬਰ, ਤੇ ਚਨੇ ਬਰਾਬਰ ਲੈਣਾ ਵਾ ਵੀਰ ਜੀ ਤੁਸੀਂ ਪੁਰਾਣਾ ਗੁੜ। ਇਹ ਵੀਰ ਜੀ ਦੋ ਕਿਸਮ ਦਾ ਹੁੰਦਾ ਵਾ ਜਿਹੜਾ ਕਬੂਤਰ ਥੋੜ੍ਹਾ ਟਾਈਮ ਕਰ ਜਾਂਦਾ ਵਾ, ਉਹਦਾ ਤੁਸੀਂ ਜਿਸਮ ਵੇਖਣਾ ਹੈ। ਇੱਕ ਕਬੂਤਰ ਦਾ ਥੱਲੂ ਲਾਲ ਹੁੰਦਾ ਹੈ ਜਿਹੜਾ ਟਾਈਮ ਘਟਾ ਜਾਂਦਾ ਹੈ, ਇੱਕ ਕਬੂਤਰ ਦਾ ਕਾਲਾ ਹੁੰਦਾ ਹੈ। ਇਹ ਜਿਹੜੀਆਂ ਤੁਹਾਨੂੰ ਚੀਜ਼ਾਂ ਦੱਸੀਆਂ ਨੇ, ਜਿਹੜਾ ਕਬੂਤਰ ਕਾਲਾ ਵਾ ਥੱਲੋਂ ਤੁਹਾਡਾ ਟਾਈਮ ਕਬੂਤਰ ਘਟਾ ਗਿਆ ਵਾ, ਉਹ ਤੁਸੀਂ ਵੀਰ ਜੀ ਪਹਿਲੇ ਤਾਂ ਵੇਖਣਾ ਹੈ ਕਿ ਸਾਡਾ ਕਬੂਤਰ ਥੱਲੂ ਕਾਲਾ ਵਾ ਜਾਂ ਲਾਲ ਹੈ। ਅਗਰ ਤੁਹਾਡਾ ਕਬੂਤਰ ਕਾਲਾ ਹੈ ਥੱਲੂ, ਤਾਂ ਤੁਸੀਂ ਇਹੀ ਚੀਜ਼ਾਂ ਜਿਹੜੀਆਂ ਦੱਸੀਆਂ ਵਾ ਇਹਨੂੰ ਵੀਰ ਜੀ 40 CC 'ਚ ਇਹ ਚੀਜ਼ਾਂ ਪਾ ਕੇ, ਥੋੜ੍ਹੀਆਂ ਥੋੜ੍ਹੀਆਂ ਨਾ ਜਿਤਨੀਆਂ ਵੀ ਚੀਜ਼ਾਂ ਦੱਸੀਆਂ ਨੇ, ਇਹਨਾਂ ਨੂੰ ਦੰਦ ਤਲੇ ਦੇ ਕੇ ਥੋੜ੍ਹਾ ਥੋੜ੍ਹਾ ਤੋੜ ਲੈਣਾ ਹੈ। ਤੋੜ ਕੇ ਸੁਬਾ ਨਾਲ ਭਿਗੋ ਕੇ ਰੱਖਣੀਆਂ ਨੇ, ਭਿਗੋ ਕੇ ਰੱਖ ਕੇ 40 CC ਪਾਣੀ ਦੇ ਵਿੱਚ ਸੁਬਾ ਨਾਲ ਭਿਗੋ ਕੇ ਰੱਖ ਕੇ ਅਤੇ ਸ਼ਾਮ ਨੂੰ ਉਸੇ ਪਾਣੀ ਵਿੱਚ ਤੁਸੀਂ ਅੱਗ 'ਤੇ ਰੱਖ ਦੇਣਾ ਵਾ, ਅਤੇ ਜਦੋਂ ਅੱਧਾ ਰਹਿ ਜਾਵੇ ਪਾਣੀ ਉਦੋਂ ਪਾਣੀ ਪੁਣ ਕੇ ਅਤੇ ਕਬੂਤਰ ਨੂੰ ਦੇ ਕੇ ਤੁਸੀਂ ਨੱਪ ਦੇਣਾ ਕਬੂਤਰ ਨੂੰ, ਬਦਾਮ ਦੇ ਕੇ ਜਿਹੜੀ ਵੀ ਚੀਜ਼ ਤੁਸੀਂ ਦਿੰਦੇ ਹੋ ਕਬੂਤਰ ਨੂੰ ਨੱਪ ਦੇਣਾ 3 ਘੰਟਿਆਂ ਵਾਸਤੇ। ਉਹਦੇ ਤੋਂ ਬਾਅਦ ਤੁਸੀਂ ਜਾਲ ਵਿੱਚ ਛੱਡੋ, ਜਿਹਦੇ ਮਰਜ਼ੀ ਛੱਡੋ, ਤੁਹਾਡਾ ਕਬੂਤਰ ਇਨਸ਼ਾਅੱਲਾ ਉਸੇ ਟਾਈਮ 'ਤੇ ਜਾਏਗਾ, ਉਸੇ ਪਰਵਾਜ਼ ਕਰੇਗਾ ਜਿਹੜਾ ਤੇ ਉਹ ਪਹਿਲੇ ਹੁੰਦਾ ਸੀ। ਅਤੇ ਇੱਕ ਕਬੂਤਰ ਵੀਰ ਪਰਵਾਜ਼ ਘਟਾ ਜਾਂਦਾ ਵਾ ਤਾਂ ਥੱਲੂ ਲਾਲ ਹੁੰਦਾ, ਇਹ ਇੱਕ ਉਸ ਕਬੂਤਰ 'ਤੇ ਇਹ ਨੁਕਸਾ ਨਹੀਂ ਲਾਉਣਾ ਜਿਹੜਾ ਤੁਹਾਨੂੰ ਪਹਿਲੇ ਦੱਸ ਗਿਆ ਵਾਂ।
क्योंकि लाल ते काले कबूतर च बहुत फर्क होंदा। जिहड़ा तुहाडा कबूतर थल्लू लाल है उहदा वी असीं इलाज दसने आ। दुध लैणा वा गाय दा, 20 cc दुध लैणा वा, 20 ml ताज़ा दुध लैणा वा। उन्दे विच वीर जी पूदना, हरा पूदना लैणा वा। तुसी किधरों खेतों भी पट सकदे हो, तुसी सब्जी वाली दुकान तों भी मिल जांदा वा। 5 पत्तियां पूदने दियां लै के तुसी दुध दे विच सट लैणियां ने। एक पत्ती गुलाब दे फुल दी, वो भी ताजी लैनी है। 20 cc दुध, 5 पत्तियां पूदने दियां, 1 पत्ती गुलाब दे फुल दी, ते 10 cc उन्दे विच पानी पा लेना वा दुध दे विच। उन्हूं वीरी तुसी अग ते रख देना वा, जदों अद्धा रह जावे उन्हूं ला के भुन लेना वा। भुन के ਉਹ ਤੁਸੀਂ ਰਾਤ ਨੂੰ ਕਬੂਤਰ ਨੂੰ ਦੇ ਸਕਦੇ ਹੋ, ਸੁਬਹਾ ਵੀ ਦੇ ਸਕਦੇ ਹੋ। ਵੀਰ ਜੀ ਅਸੀਂ ਤਾਂ ਸੁਬਹਾ ਦਿੰਦੇ ਹਾਂ ਖਾਲੀ ਪੇਟ ਕਬੂਤਰ ਨੂੰ। ਜਿਹੜਾ ਪਹਿਲੇ ਦੱਸਿਆ ਵਾ ਉਹ ਤੁਸੀਂ ਰਾਤ ਨੂੰ ਦੇਣਾ ਵਾ। ਜਿਹੜਾ ਤੁਹਾਡਾ ਕਬੂਤਰ ਕਾਲਾ ਵਾ, ਕਾਲੇ ਕਬੂਤਰ ਤੇ ਇਹ ਨਹੀਂ ਅਜ਼ਮਾਣਾ ਤੇ ਨਾ ਹੀ ਇਹ ਦੇਣਾ ਵਾ। ਜਿਹੜਾ ਤੁਹਾਨੂੰ ਹੁਣ ਬਾਅਦ ਵਿੱਚ ਦੱਸੀ ਜਾਂਦਾ ਵਾ, ਜਿਹੜਾ ਤੁਹਾਡਾ ਕਬੂਤਰ ਥੱਲੋਂ ਲਾ ਲੇ ਤੇ ਉੱਡਦਾ ਨਹੀਂ, ਤੁਸੀਂ ਇਹ ਉਹਨੂੰ ਦੇਣਾ ਵਾ ਦੁੱਧ। ਸੁਬਹਾ ਮੂੰਹ ਨਿਆਰ ਦੇ ਕੇ ਜਿਤਨਾ ਵੀ ਬਚ ਜਾਵੇ, 15 cc ਬਚ ਜਾਵੇ, ਦੇਣਾ 15 cc ਹੈ। ਤੁਸੀਂ 20 cc ਜਦੋਂ 10 cc ਜਾਂ 5 cc ਤੁਸੀਂ ਪਾਣੀ ਮਿਕਸ ਕਰੋਗੇ ਤਾਂ ਥੋੜ੍ਹਾ ਜਿਹਾ ਖੁਸ਼ਕ ਹੋ ਜਾਏਗਾ। 2-3 ਉਬਾਲੇ ਪੈਣਗੇ ਤਾਂ ਖੁਸ਼ਕ ਹੋ ਜਾਏਗਾ। ਜਦੋਂ 15 cc ਰਹਿ ਜਾਵੇ ਉਤਾਰ ਕੇ ਪੁਣ ਕੇ, ਤੁਸੀਂ ਸੁਬਹਾ ਮੂੰਹ ਨਿਆਰ ਕਬੂਤਰ ਨੂੰ ਦੇ ਕੇ ਧੁੱਪੇ ਰੱਖ ਦੇਣਾ ਹੈ। 2 ਘੰਟੇ ਧੁੱਪ ਤੇ ਵੀ ਪਿਆ ਰਹਿਣ ਦੇਣਾ ਵਾ ਕਬੂਤਰਾਂ ਨੂੰ। ਤੋਂ ਬਾਅਦ ਤੁਸੀਂ ਉੱਥੇ ਹੀ ਕਬੂਤਰ ਨੂੰ ਪਿਆ ਰਹਿਣ ਦੇਣਾ ਵਾ ਤੇ 5 cc ਸਾਦਾ ਪਾਣੀ ਦੇਣਾ ਵਾ ਉਬਲਿਆ, ਵਿੱਚ ਉਸ ਪਾਣੀ ਦੇ ਕੁਝ ਨਹੀਂ ਪਾਣਾ। ਤੇ ਵੀਰ ਜੀ ਇਨਸ਼ਾਅੱਲਾ ਅਗਰ ਤੁਹਾਡਾ ਕਬੂਤਰ ਲਾਲ ਹੈ ਥੱਲੋਂ ਥੋੜ੍ਹਾ ਟਾਈਮ ਕਰਦਾ ਵਾ ਉਸੇ ਟਾਈਮ 'ਤੇ ਜਾਏਗਾ, ਥੱਲੋਂ ਕਾਲਾ ਵਾ ਫਿਰ ਵੀ ਉਸੇ ਟਾਈਮ ਤੇ ਦੂਸਰੇ ਦਿਨ ਜਾਏਗਾ ਜਿਹੜਾ ਟਾਈਮ ਤੁਹਾਡਾ ਪਹਿਲੇ ਕਰਦਾ ਸੀ। ਤੇ ਵੀਰ ਜੀ ਦੂਸਰੀ ਗੱਲ, ਕੱਚੇ ਕਬੂਤਰ ਦੀ ਇੱਕ ਅਹਿਮ, ਬਹੁਤ ਹੀ ਅਹਿਮ ਗੱਲ ਆ। ਕਬੂਤਰ ਨੂੰ ਆਪਾਂ ਕੱਢਨੇ ਆ, ਕੱਚੇ ਕਬੂਤਰ ਨੂੰ ਵੀਰ ਜੀ 1 ਘੰਟਾ ਜਦੋਂ ਤੁਹਾਡਾ ਕਬੂਤਰ ਬੇਸ਼ੱਕ 1 ਘੰਟਾ ਉੱਡ ਕੇ ਆਉਂਦਾ ਵਾ, 2 ਘੰਟੇ ਉੱਡ ਕੇ ਆਉਂਦਾ ਵਾ। ਇੱਕ ਤਾਂ ਵੀਰ ਜੀ ਕਬੂਤਰ ਨੂੰ ਤੁਸੀਂ ਛੱਤਰੀ ਤੋਂ ਨਹੀਂ ਲੈਣਾ, ਬੇਸ਼ੱਕ ਛੱਕੂ 'ਤੇ ਬਹਿੰਦਾ ਵਾ, ਜਾਲ 'ਤੇ ਬਹਿੰਦਾ ਵਾ, ਕੁਝ ਵੀਰਾਂ ਦੇ ਜਾਲ 'ਤੇ ਬਹਿੰਦੇ ਆ, ਕੁਝ ਦੇ ਛੱਤਰੀ 'ਤੇ ਬਹਿੰਦੇ ਆ, ਕੁਝ ਦੇ ਛੱਕੂ ਹੁੰਦੇ ਆ ਜਿਹਨਾਂ ਪਿੰਜਰੇ 'ਤੇ ਬਣੇ ਹੁੰਦੇ ਆ ਲੋਹੇ ਦੇ। ਚੜ੍ਹਦੇ ਪੰਜਾਬ ਵਾਲੇ ਅਸੀਂ ਤਾਂ ਹੋਰ ਸੱਦਦੇ ਹਾਂ, ਤਾਂ ਉਹ ਪਤਾ ਨਹੀਂ ਕੀ ਸੱਦਦੇ ਆ। ਉਹਦੇ ਅਗਰ ਉੱਤੇ ਕਬੂਤਰ ਆ ਕੇ ਬਹਿ ਜਾਂਦਾ ਵਾ ਤਾਂ ਤੁਸੀਂ 1 ਘੰਟਾ ਕਬੂਤਰ ਨੂੰ ਬਿਲਕੁਲ ਉੱਥੋਂ ਨਹੀਂ ਚੱਕਣਾ, ਉਹਨੂੰ ਤੁਸੀਂ ਧੁੱਪ 'ਤੇ ਬੈਠਾ ਰਹਿਣ ਦੇਣਾ ਵਾ ਕੱਚੇ ਕਬੂਤਰ ਨੂੰ। ਉਹਦੇ ਤੋਂ ਬਾਅਦ ਤੁਸੀਂ ਲਾ ਕੇ ਕਬੂਤਰ ਨੂੰ ਦਾਣਾ ਪਾਣੀ ਕੁਝ ਵੀ ਨਹੀਂ ਖਾਣ ਦੇਣਾ ਜਦੋਂ ਤੱਕ ਤੁਹਾਡਾ ਕਬੂਤਰ ਅੰਦਰੋਂ ਠੰਡਾ ਨਹੀਂ ਹੋ ਜਾਂਦਾ। ਜਦੋਂ ਤੁਸੀਂ ਵੇਖਣਾ ਕਿ ਕਬੂਤਰ 1.5 ਘੰਟੇ ਬਾਅਦ ਠੰਡਾ ਹੋ ਗਿਆ ਵਾ, ਉਹਦੇ ਤੋਂ ਬਾਅਦ ਤੁਸੀਂ ਵੀਰ ਜੀ ਕੱਚਾ ਪਾਣੀ ਕਬੂਤਰ ਕੱਚੇ ਨੂੰ ਕਦੋਂ ਵੀ ਨਹੀਂ ਇਸਤੇਮਾਲ ਕਰਾਉਣਾ। ਜਿਹੜਾ ਵੀਰ ਕੱਚਾ ਪਾਣੀ ਇਸਤੇਮਾਲ ਕਰਾਏਗਾ ਉਹਨੇ ਆਪਣੇ ਕਬੂਤਰ ਬਰਬਾਦ ਕਰਨੇ ਆ, ਠੀਕ ਨਹੀਂ ਕਰਨੇ, ਉਹਨੇ ਆਪਣੇ ਸੀਜ਼ਨ ਬਰਬਾਦ ਕਰਨਾ ਵਾ। ਮੈਂ ਅਸੀਂ ਤਾਂ ਕਹਿੰਦੇ ਹਾਂ ਸੀਜ਼ਨ ਬਰਬਾਦ ਕਰਨਾ। ਕੱਚਾ ਪਾਣੀ ਕਬੂਤਰ ਨੂੰ ਬਿਲਕੁਲ ਵਿਖਾਉਣਾ ਵੀ ਨਹੀਂ। ਹੁਣ ਕੁਝ ਵੀਰ ਕਹਿਣਗੇ ਕਿ ਕੱਚਾ ਪਾਣੀ ਕਿਹਨੂੰ ਕਹਿੰਦੇ ਆ, ਵੀਰ ਜੀ ਕੱਚਾ ਪਾਣੀ ਹੁੰਦਾ ਵਾ ਜਿਹੜਾ ਆਪਾਂ ਤਾਜ਼ਾ ਭਰ ਕੇ ਆਉਂਦੇ ਹਾਂ, ਅਤੇ ਪੱਕਾ ਪਾਣੀ ਅਸੀਂ ਉਹਨੂੰ ਕਹਿੰਦੇ ਹਾਂ ਜਿਹੜਾ ਅਸੀਂ ਬੋਇਲ ਕਰ ਲਵੀਏ, ਆ ਕੇ ਰੱਖ ਕੇ ਪਾਣੀ ਬੋਇਲ ਕਰ ਲਵੀਏ, ਉਬਾਲ ਲਵੀਏ, ਉਹਨੂੰ ਅਸੀਂ ਪੱਕਾ ਕਹਿੰਦੇ ਹਾਂ। ਬੇਸ਼ੱਕ ਤੁਸੀਂ ਕਬੂਤਰ ਜਾਲ ਵਿੱਚ ਛੱਡ ਦਿਓ, ਇਹ ਚੜ੍ਹਦੇ ਪੰਜਾਬ ਵਾਲੇ ਵੀਰ ਕਬੂਤਰ ਆਉਂਦਾ ਜਾਲ ਵਿੱਚ ਛੱਡ ਦਿੰਦੇ ਆ, ਅਤੇ ਲਹਿੰਦੇ ਪੰਜਾਬ ਵਾਲੇ ਵੀਰ ਜੀ ਜੋਟਾਂ ਪਿੰਜਰਾਂ ਵਿੱਚ ਰੱਖਦੇ ਆ, ਅਤੇ ਜਦੋਂ ਤੁਹਾਡਾ ਕਬੂਤਰ ਉੱਡ ਕੇ ਆਉਂਦਾ ਵਾ ਤੁਸੀਂ
5 ml या 10 ml ਉਹੀ ਪਾਣੀ ਪੱਕਾ ਕਬੂਤਰ ਨੂੰ ਦੇ ਕੇ ਉਹਦੇ ਤੋਂ ਬਾਅਦ ਜਦੋਂ ਉਹ ਪਾਣੀ ਖਿੱਚ ਜਾਵੇ ਉਹਦੇ ਤੋਂ ਬਾਅਦ ਦਾਣਾ ਖਾਵੇ ਪਾਣੀ ਪੀਵੇ ਕੱਚਾ ਪਾਣੀ ਪੀਵੇ ਪੱਕਾ ਹੁੰਦਾ ਕੋਈ ਮਸਲਾ ਨਹੀਂ ਕਿਉਂਕਿ ਉਹ ਜੋੜਾਂ ਵਿੱਚ ਨਹੀਂ ਬਹਿੰਦਾ ਨਾ ਕਬੂਤਰ ਖਰਾਬ ਹੁੰਦਾ ਇੱਕ ਇਹ ਗੱਲ ਹੋ ਗਈ ਅਤੇ ਦੂਸਰੀ ਵੀਰ ਜੀ ਟੋਪਿਕ 'ਤੇ ਆਉਂਦੇ ਹਾਂ ਇਹ ਕੰਪਲੀਟ ਹੋ ਗਿਆ ਵਾ ਸਾਡਾ ਟੋਪਿਕ ਦੂਸਰਾ ਜੀ ਇਹ ਕਬੂਤਰ ਪੱਕੀਆਂ ਫਿਰਦਾਂ ਦੇ ਵਿੱਚ ਕਬੂਤਰ ਆਪਣਾ ਟਾਈਮ ਬਹੁਤ ਜ਼ਿਆਦਾ ਕਰ ਜਾਂਦਾ ਹੈ ਗਰਮੀ ਪੈ ਜਾਂਦੀ ਹੈ ਅਤੇ ਆਪਣਾ ਕਬੂਤਰ ਆ ਕੇ ਡਿੱਗਦਾ ਵਾ ਅਤੇ ਪੈਰਾਂ ਦੇ ਬਾਹਰ ਨਹੀਂ ਬੈਠਾ ਜਾਂਦਾ ਪੋਟੇ ਬਾਹਰ ਆਣ ਡਿੱਗਦਾ ਵਾ ਅਤੇ ਇਸ ਬਾਰੇ ਤਾਂ ਮੈਂ ਪਹਿਲੇ ਵੀ ਵੀਡੀਓ ਦੇ ਚੁੱਕਾ ਵਾਂ ਲੇਕਿਨ ਬਾਰ ਬਾਰ ਵੀਰ ਪੁੱਛਦੇ ਆ ਕਿ ਇਹਦੀ ਫਿਰ ਵਜ੍ਹਾ ਦੱਸੋ ਕਿਉਂ ਕਬੂਤਰ ਇੱਦਾਂ ਹੋ ਕੇ ਬਹਿੰਦਾ ਵਾ ਅਤੇ ਉਹਦਾ ਠੀਕ ਕਰਨ ਦਾ ਕੀ ਇਲਾਜ ਆ ਪਹਿਲੀ ਗੱਲ ਇਹ ਵੀਰ ਜੀ ਜਿਹੜਾ ਬੰਦਾ ਜਿਹੜਾ ਸ਼ਿਕਾਰੀ ਕਬੂਤਰ ਪਲੜ ਕੇ ਉਡਾਏਗਾ ਉਹਦਾ ਕਬੂਤਰ ਕਦੀ ਵੀ ਇਹ ਇਸ ਨੌਬਤ 'ਤੇ ਨਹੀਂ ਪਹੁੰਚੇਗਾ ਕਿਉਂਕਿ ਵੀਰ ਜੀ ਜਿਹੜਾ ਕਬੂਤਰ ਦੇ ਅੰਦਰ ਕੱਕਰੇ ਵੀ ਹੁੰਦੇ ਆ ਨਾ 2-4 ਅੱਧਾ ਬਦਾਮ ਵੀ ਹੁੰਦਾ ਵਾ ਥੋੜ੍ਹੀ ਜਿਹੀ ਗਰਮੀ ਵੀ ਪੈ ਜਾਵੇ ਨਾ ਤਾਂ ਅੰਦਰੋਂ ਸੜਨਾ ਸ਼ੁਰੂ ਹੋ ਜਾਂਦੇ ਨੇ ਬੇਸ਼ੱਕ ਤੁਸੀਂ ਪਾਣੀ ਦੇ ਕੇ ਉਡਾਉਂਦੇ ਹੋ ਜਦੋਂ ਤੱਕ ਕਬੂਤਰ ਦੇ ਅੰਦਰ ਪਾਣੀ ਹੁੰਦਾ ਵਾ ਉਦੋਂ ਤੱਕ ਰੈਸ਼ ਕੁਝ ਵੀ ਨਹੀਂ ਕਹਿੰਦੀ ਜਦੋਂ ਪਾਣੀ ਖਤਮ ਹੋ ਜਾਂਦਾ ਉਦੋਂ ਫਿਰ ਰੈਸ਼ ਅਸੀਂ ਕਹਿੰਦੇ ਹਾਂ ਤੁਸੀਂ ਦਾਣਾ ਕਹਿੰਦੇ ਹੋ ਹੋਰ ਵੀ ਰੈਸ਼ ਕਹਿੰਦੇ ਆ ਅਸੀਂ ਉਹਨੂੰ ਰੈਸ਼ ਕਹਿੰਦੇ ਹਾਂ ਕੱਕਰੇ ਵੀ ਕਹਿੰਦੇ ਆ ਬਦਾਮ ਦੇ ਜਦੋਂ ਪਾਣੀ ਕਬੂਤਰ 10-10:30-11 ਵਜੇ ਪਾਣੀ ਖਿੱਚ ਜਾਂਦਾ ਵਾ ਉਹਦੇ ਤੋਂ ਬਾਅਦ ਰੈਸ਼ ਰਹਿ ਜਾਂਦੀ ਇਕੱਲੀ ਪੋਟੇ ਵਿੱਚ ਉਹ ਫਿਰ ਹਜ਼ਮ ਨਹੀਂ ਹੁੰਦੀ ਉਹ ਫਿਰ ਸੜਨਾ ਸ਼ੁਰੂ ਹੋ ਜਾਂਦੀ ਉਸ ਵਜ੍ਹਾ ਤੋਂ ਕਬੂਤਰ ਸੜ ਸੜ ਕੇ ਫਿਰ ਚੱਕਰ ਮਾਰਦਾ ਵਾ ਕੁਝ ਵੀਰਾਂ ਦਾ ਕਬੂਤਰ ਤਾਂ ਉੱਤੋਂ ਹੀ ਸ਼ਾਰਟ ਹੋ ਜਾਂਦੇ ਆ ਕੁਝ ਵੀਰਾਂ ਦੇ ਕਬੂਤਰ ਪਾਣੀ ਦੇ ਵੀ ਚਲੇ ਜਾਂਦੇ ਆ ਕਿਉਂਕਿ ਅੰਦਰੋਂ ਕਬੂਤਰ ਸੜਦਾ ਵਾ ਫਿਰ ਪਾਣੀ ਲੱਭਦਾ ਵਾ ਅਗਰ ਕੋਈ ਨਸਲੀ ਪਰਿੰਦਾ ਕੋਈ ਅਸਲ ਖੂਨ ਦਾ ਅਸਲ ਬਲੱਡ ਲਾਈਨ ਦਾ ਕਬੂਤਰ ਘਰ ਵੀ ਆ ਕੇ ਡਿੱਗਦਾ ਵਾ ਨਾ ਤਾਂ ਉਹ ਪੈਰਾਂ ਦੇ ਬਾਹਰ ਨਹੀਂ ਬਹਿ ਸਕਦਾ ਸਭ ਤੋਂ ਵੱਡੀ ਵਜ੍ਹਾ ਇਹੀ ਹੁੰਦੀ ਆ ਕਬੂਤਰ ਅੰਦਰ ਰੈਸ਼ ਰਹਿ ਜਾਣਾ ਅਤੇ ਅਗਰ ਤੁਹਾਡਾ ਕਬੂਤਰ ਜ਼ੋਰ ਲਾ ਕੇ ਸੜ ਕੇ ਆ ਜਾਂਦਾ ਵਾ ਤਾਂ ਉਹਦੇ ਤਰੀਕੇ ਤਾਂ ਬਹੁਤ ਆ ਵੀਰ ਜੀ ਕਬੂਤਰ ਠੀਕ ਹੋ ਜਾਂਦਾ ਲੇਕਿਨ ਤੁਹਾਨੂੰ ਇੱਕ ਜਿਹੜਾ ਅਸਲ ਤਰੀਕਾ ਜਿਹਦੇ ਵਿੱਚ ਤੁਹਾਡਾ ਕਬੂਤਰ ਅੱਧੇ ਪੌਣੇ ਘੰਟੇ ਵਿੱਚ ਪੂਰਾ ਵੀ ਹੋ ਜਾਏਗਾ ਅਤੇ ਅੰਦਰੋਂ ਵੀ ਕਬੂਤਰ ਹੀਟ 'ਚ ਹੋ ਜਾਂਦਾ ਵਾ ਅੰਦਰੋਂ ਵੀ ਬਿਲਕੁਲ ਤਰ ਗਰਮ ਹੋ ਜਾਏਗਾ ਨਾ ਠੰਡਾ ਨਾ ਗਰਮ ਅਤੇ ਅਸੀਂ ਇਨਸ਼ਾਅੱਲਾ ਤੁਹਾਨੂੰ ਸ਼ੇਅਰ ਕਰਦੇ ਹਾਂ ਵੀਰ ਜੀ ਤੁਸੀਂ ਲੈਣਾ ਵਾ ਇੱਕ ਆਲੂ ਬੁਖਾਰਾ ਇੱਕ ਪੱਤੀ ਗੁਲਾਬ ਦੇ ਫੁੱਲ ਦੀ ਇੱਕ ਪੂਦਣੇ ਦੀ 4 ਦਾਣੇ ਅਨਾਰਦਾਣਾ ਖੁਸ਼ਕ ਇਹ ਚੀਜ਼ਾਂ ਨੂੰ ਵੀਰ ਜੀ ਤੁਸੀਂ ਉਬਾਲਾ ਦਿਵਾ ਲੈਣਾ ਵਾ 25 cc ਪਾਣੀ ਦੇ ਵਿੱਚ ਜਦੋਂ ਅੱਧਾ ਰਹਿ ਜਾਵੇ ਇਹਨੂੰ ਲਾ ਕੇ ਪੁਣ ਕੇ ਇੱਕ 2-2 ਕਤਰੇ ਵੀਰ ਜੀ ਤੁਸੀਂ ਜਿੱਦਾਂ ਆਪਾਂ ਡਰਾਪਰ ਅੱਖੀਂ ਵਿੱਚ ਪਾਉਂਦੇ ਹਾਂ 2-2 ਕਤਰੇ ਇਸ ਪਾਣੀ ਦਾ ਤੁਸੀਂ ਜਦੋਂ ਇਸਤੇਮਾਲ ਕਰਾਓਗੇ ਤੁਹਾਡਾ 20-25 ਮਿੰਟਾਂ 'ਚ ਜਿਹੜਾ ਕਬੂਤਰ ਪੈਰਾਂ 'ਤੇ ਨਹੀਂ ਬਹਿੰਦਾ ਪਿਆ ਇਨਸ਼ਾਅੱਲਾ ਉਹ ਤੁਹਾਡਾ ਕਬੂਤਰ ਪਾਣੀ ਵੀ ਟੋਰ ਜਾਏਗਾ ਅੰਦਰੋਂ ਵੀ ਠੀਕ ਹੋ ਜਾਏਗਾ ਅਤੇ ਇਨਸ਼ਾਅੱਲਾ ਅਗਲੇ ਦਿਨ ਵੀ ਉਸੇ ਪਰਵਾਜ਼ 'ਤੇ ਆਏਗਾ ਜਿਹੜੀ ਪਰਵਾਜ਼ ਉਹ ਕਰਦਾ ਸੀ ਅਤੇ ਇਨਸ਼ਾਅੱਲਾ ਅਗਲੀ ਵੀਡੀਓ ਨਾਲ ਅਗਲੇ ਦਿਨ ਹਾਜ਼ਰ ਹੋਵਾਂਗੇ ਅੱਲਾ ਹਾਫਿਜ਼।